ਅਸਸalamu alaikum ਅੱਜ ਜਿਹੜਾ ਆਪਾਂ CSS ਦਾ ਇੰਤਹਾਹੀ ਇੰਪੋਰਟੈਂਟ ਟਾਪਿਕ ਡਿਸਕਸ ਕਰਾਂਗੇ ਜਿਹਦਾ ਨਾਮ ਹੈ ਬੋਲ ਮਿੱਟੀ ਦੇ ਆਬਿਆ ਇਹ ਟਾਪਿਕ CSS 2018 ਤੋਂ 19 ਦੇ ਬਾਰੇ ਦੇ ਵਿੱਚ ਆ ਚੁੱਕਾ ਆ ਆਪਾਂ ਇਹਦਾ ਇੰਟਰੋਡਕਸ਼ਨ ਤੇ MCQਸ ਤਿਆਰ ਕਰਾਂਗੇ ਬੋਲ ਮਿੱਟੀ ਦੇ ਆਬਿਆ ਇਹਨੂੰ ਸਜਾਦ ਹੈਦਰ ਨੇ ਲਿਖਿਆ ਵਾ ਸਜਾਦ ਹੈਦਰ ਨੇ ਇੱਕ ਮਸ਼ਹੂਰ ਮਸ਼ਹੂਰ ਡਰਾਮਾ ਨਿਗਾਰ ਸਨ ਮਸ਼ਹੂਰ ਡਰਾਮਾ ਨਿਗਾਰ ਸੰਤ ਇਹਨਾਂ ਨੇ ਜਿਹੜੇ ਜ਼ਿਆਦਾ ਤਾਂ ਡਰਾਮੇ ਲਿਖਿਆ ਉਹ ਰੇਡੀਆਈ ਡਰਾਮੇ ਲਿਖਿਆ ਯਾਨੀ ਰੇਡੀਓ ਤੇ ਚੱਲਣ ਵਾਲੇ ਇਹਨਾਂ ਨੇ ਜ਼ਿਆਦਾ ਤਾਂ ਡਰਾਮੇ ਲਿਖਿਆ ਇਹਨਾਂ ਨੇ ਤਕਰੀਬਨ 4 ਰੇਡੀਓ ਡਰਾਮੇ ਲਿਖਿਆ ਉਹਨਾਂ ਚਾਰਾਂ ਦੇ ਅੰਦਰ ਇੱਕ ਬੋਲ ਮਿੱਟੀ ਦੇ ਆ ਬਾਵਿਆ ਵੀ ਸ਼ਾਮਲ ਆ ਬੋਲ ਮਟੀਰੀਆ ਬਾਵਿਆ ਦੇ ਅੰਦਰ 5 ਡਰਾਮੇ ਸ਼ਾਮਲ ਨੇ ਇਹਦਾ ਜਿਹੜਾ ਦਬਾਚਾ ਲਿਖਿਆ ਆਵਾ ਉਹ ਅਹਿਮਦ ਨਦੀਮ ਕਾਸਮੀ ਨੇ ਲਿਖਿਆ ਆ ਇਹਦਾ ਦਬਾਚਾ ਲਿਖਣ ਵਾਲੇ ਜੀ ਅਹਿਮਦ ਨਦੀਮ ਕਾਸਮੀ ਸਾਹਿਬ ਤੇ ਬੋਲ ਮਟੀਰੀਆ ਬਾਵਿਆ ਦੇ ਅੰਦਰ ਜਿਹੜਾ ਹੈਗਾ ਵਾ ਇਹਦਾ ਜਿਹੜਾ ਟਾਈਟਲ ਹੈਗਾ ਵਾ ਟਾਈਟਲ ਲੇਲਾ ਮਸ਼ਹੂਰ 사ਦਕੀਨ ਆਲਮੀ ਸ਼ੋਹਰਤ ਯਾਫਤਾ ਉਹਨੇ ਬਣਾਇਆ ਵਾ ਇਹਦਾ ਜਿਹੜਾ ਟਾਈਟਲ ਆ ਮਸ਼ਹੂਰ ਸ਼ੋਹਰਤ ਯਾਫਤਾ 사ਦਕੀਨ ਉਹਨੇ ਬਣਾਇਆ ਹੋਇਆ ਵਾ ਇਹਨਾਂ ਦਾ ਪੰਜਾਬੀ ਦੇ ਵਿੱਚ ਉੱਚਾ ਨਾਮ ਆ ਪੰਜਾਬੀ ਜ਼ਮਾਨ ਦੇ ਅੰਦਰ ਡਰਾਮਿਆਂ ਦੇ ਅੰਦਰ ਇੱਕ ਇਹਨਾਂ ਦਾ ਉੱਚਾ ਨਾਮ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਡਰਾਮੇ ਲਿਖੇ ਆ ਉਹ ਜਿਹੜਾ ਬੋਲ ਮਿੱਟੀ ਦੇ ਬਾਵੇਆ ਡਰਾਮਾ ਵਾ ਇਹਦੇ ਚ ਜਿਹੜਾ ਆਖਰੀ ਡਰਾਮਾ ਹੈਗਾ ਵਾ ਜਿਹਨਾਂ ਦੇ ਜਿਹਦਾ ਨਾਂ ਹੈਗਾ ਵਾ ਜਿਹਨਾਂ ਦੇ ਜਿਹਨਾਂ ਦੇ ਨੈਨ ਨੀਂਦਰ ਓਲੇ ਉਹਦੇ ਅੰਦਰ ਇੱਕ ਸ라이ਕੀ ਸ라이ਕੀ ਸ਼ਲੋਕ ਵੀ ਸ਼ਾਮਲ ਹੈਗਾ ਬਾਬੇ ਫਰੀਦ ਦਾ ਤੇ ਇੱਕ ਅੰਗਰੇਜ਼ੀ ਗੀਤ ਵੀ ਸ਼ਾਮਲ ਆਏ ਤੁਸੀਂ ਐਮਸੀਕਿਊਜ਼ ਲਈ ਤਿਆਰ ਰੱਖਣਾ ਹੈ ਬੜਾ ਇੰਪੋਰਟੈਂਟ ਹੈਗਾ ਵਾ ਇਹਨਾਂ ਦਾ ਜਿਹੜਾ ਬੋਲ ਮਿੱਟੀ ਦੇ ਬਾਵੇਆ ਦਾ ਪੰਜਵਾਂ ਜਿਹੜਾ ਡਰਾਮਾ ਜਿਹਨਾਂ ਦੇ ਨੈਨ ਨੀਂਦਰ ਓਲੇ ਉਹਦੇ ਅੰਦਰ ਇੱਕ ਸ라이ਕੀ ਜਿਹੜੀ ਆ ਕਾਫੀ ਗੱਲ ਤੇ ਜਿਹੜਾ ਇੱਕ ਗੀਤ ਅੰਗਰੇਜ਼ੀ ਉਹ ਸ਼ਾਮਿਲ ਹੈ ਇਸ ਤਰ੍ਹਾਂ ਤੁਹਾਡਾ ਇੰਟਰੋਡਕਸ਼ਨ ਤੇ ਇਹ ਮੁਕੰਮਲ ਜਿਹੜਾ MCQ ਦਾ ਤਿਆਰ ਹੋ ਜਾਣਗੇ ਉਹਨਾਂ ਅੰਗੇ ਆਪਾਂ ਸਵਾਲ ਨੂੰ ਡਿਸਕਸ ਕਰਦੇ ਆਂ ਆਪਾਂ ਇਹਨਾਂ ਦੇ ਡਰਾਮਿਆਂ ਨੂੰ ਇੱਕ ਇੱਕ ਕਰਕੇ ਡਿਸਕਸ ਕਰਾਂਗੇ ਤੇ ਉਹਦੇ ਅੰਦਰੋਂ ਹੀ ਪੁਆਇੰਟ ਆਪਾਂ ਕੱਢਦੇ ਜਾਵਾਂਗੇ ਇਹਨਾਂ ਦਾ ਜਿਹੜਾ ਪਹਿਲਾ ਨਾਮ ਹੈਗਾ ਉਹ ਹੈਗਾ ਜੀ ਸੱਚ ਦਾ ਮਹਾਂਦਰਾ ਸੱਚ ਦਾ ਮਹਾਂਦਰਾ ਅੱਛਾ ਇਸ ਡਰਾਮੇ ਦੇ ਅੰਦਰ ਕਿਹੜਾ ਕਿਹੜਾ ਕਿਰਦਾਰ ਹੈਗਾ ਇਹਦੇ ਅੰਦਰ ਜਿਹੜਾ ਮੇਨ ਕਿਰਦਾਰ ਹੈਗਾ ਉਹ ਸਰਖੁਸ਼ ਦਾ ਵਾ ਸਰਖੁਸ਼ ਸਰਖੁਸ਼ ਕੀ ਹੈ ਇੱਕ ਫੈਕਟਰੀ ਦਾ ਮਾਲਕ ਆ ਫੈਕਟਰੀ ਦਾ ਮਾਲਕ ਹੈਗਾ ਵਾ ਜਿਹੜਾ ਕੀ ਕਰਦਾ ਵਾ ਆਪਣੇ ਜਿਹੜੇ ਮਜ਼ਦੂਰ ਹੈਗੇ ਆ ਉਹਨਾਂ ਦਾ ਇਸਤੇਹਾਲ ਕਰਦਾ ਵਾ ਮਜ਼ਦੂਰਾਂ ਦਾ ਇਸਤੇਹਾਲ ਕਰਦਾ ਵਾ ਤੇ ਇੱਕ ਦਿਨ ਉਹ ਆਪਣੇ ਸੈਕਟਰੀ ਨੂੰ ਡਿਕਟੇਸ਼ਨ ਦੇ ਰਿਹਾ ਹੁੰਦਾ ਵਾ ਕਿ ਅਚਾਨਕ ਤਮਾਕਾ ਹੁੰਦਾ ਵਾ ਤਮਾਕਾ ਹੋਣ ਤੋਂ ਬਾਅਦ ਕੀ ਹੁੰਦਾ ਵਾ ਸਾਰਿਆਂ ਨੂੰ ਉਹ ਛੁੱਟੀ ਦੇ ਦਿੰਦਾ ਵਾ ਛੁੱਟੀ ਦੇ ਕੇ ਆਪਣੀ ਦੌਲਤ ਇਕੱਠੀ ਕਰਨ ਲੱਗ ਜਾਂਦਾ ਵਾ ਕਿ ਅਚਾਨਕ ਕੀ ਹੁੰਦਾ ਵਾ ਉਹਦਾ ਜਿਹੜਾ ਜ਼ਮੀਰ ਆ ਉਹਦਾ ਨਾਮ ਹੈਗਾ ਜੀ ਏਜਨ ਉਹਦਾ ਜ਼ਮੀਰ ਉਹਦੇ ਸਾਹਮਣੇ ਖੜਾ ਹੋ ਜਾਂਦਾ ਉਹਨੂੰ ਆ ਕੇ ਉਹ ਸਮਝਾਂਦਾ ਵਾ ਉਹ ਕਹਿੰਦਾ ਤੂੰ ਕੌਣ ਆ ਕਹਿੰਦਾ ਮੈਂ ਤੇਰਾ ਜ਼ਮੀਰ ਆ ਕਹਿੰਦਾ ਤੂੰ ਬਾਹਰ ਕੀ ਕਰਦਾ ਕਹਿੰਦਾ ਕਿਉਂਕਿ ਤੂੰ ਆਪਣਾ ਜਿਹੜਾ ਪੈਟਰਨ ਆ ਜ਼ਿੰਦਗੀ گزارਣ ਦਾ ਤਰੀਕਾ ਖਾਰ ਬਦਲ ਲਿਆ ਲਿਆਦਾ ਮੈਂ ਤੇਰੇ ਅੰਦਰ ਨਹੀਂ ਆ ਸਕਦਾ ਕਿਉਂਕਿ ਤੂੰ ਮਤਲਬ ਪ੍ਰਸਤ ਹੋ ਗਿਆ ਮਟੀਰੀਅਲਿਸਟ ਹੋ ਗਿਆ ਤੂੰ ਮਜ਼ਦੂਰਾ ਦਾ ਇਸਤੇਮਾਲ ਕਰਦਾ ਵਾ ਫਿਰ ਉਹਨੂੰ ਅਕਲ ਆ ਜਾਂਦੀ ਸਮਝ ਆ ਜਾਂਦੀ ਆ ਉਹ ਆਪਣੇ ਜ਼ਮੀਰ ਇਹਨਾਂ ਨੂੰ ਕਹਿੰਦਾ ਚੱਲ ਤੂੰ ਮੇਰੇ ਅੰਦਰ ਆ ਜਾ ਆਈਂਦਾ ਇਨਸ਼ਾਅੱਲਾ ਮੈਂ ਕਦੀ ਵੀ ਮਜ਼ਦੂਰਾ ਦਾ ਇਸਤੇਮਾਲ ਨਹੀਂ ਕਰੂੰਗਾ ਇਹ ਹੈਗਾ ਜੀ ਸਚਨਾ ਮਹਾਂਦਰਾ ਇਹਦੇ ਤੁਸੀਂ ਡਿਸਕਸ ਕਰੋਗੇ ਕਿ ਕਿੱਦਾਂ ਜਿਹੜੇ ਜ਼ਗੀਰਦਾਰ ਹੈਗੇ ਆ ਜਗੀਰਦਾਰ ਕਿੱਦਾਂ ਇਸਤਿਹਸਾਲ ਕਰਦੇ ਆ ਮਜ਼ਦੂਰਾ ਦਾ ਤੇ ਉਤ ਬਾਅਦ ਜਿਹੜਾ ਉਹ ਉਹਦੀ ਜਿਹੜੀ ਕਿਰਦਾਰ ਨਗਾਰੀ ਆ ਉਹਦੇ ਅੰਦਰ ਫੈਕਟਰੀ ਦੇ ਮਾਲਕ ਦੀ ਇੱਕ ਫੈਕਟਰੀ ਦੇ ਮਾਲਕ ਨੂੰ ਕੀ ਹੋਣਾ ਚਾਹੀਦਾ ਤੁਸੀਂ ਇਹ ਵੀ ਡਿਸਕਸ ਕਰ ਸਕਦੇ ਹੋ ਜਾਂ ਹਕੀਕਤ ਨਗਾਰੀ ਦੀ ਹੈਡਿੰਗ ਬਣਾ ਕੇ ਵੀ ਉਹਦੇ ਅੰਦਰ ਵੀ ਇਹ ਪੁਆਇੰਟ ਨੂੰ ਡਿਸਕਸ ਕਰ ਸਕਦੇ ਹੋ ਕਿਰਦਾਰ ਨਗਾਰੀ ਹਕੀਕਤ ਨਗਾਰੀ ਜਾਂ ਮਾਸਰੇ ਦੀ ਹਕੀਕਤ ਦੀ ਅਕਾਸੀ ਤਰ੍ਹਾਂ ਵੀ ਇਹਨੂੰ ਡਿਸਕਸ ਕਰ ਸਕਦੇ ਹੋ ਉਤ ਬਾਅਦ ਜਦੋਂ ਦੂਸਰਾ ਟਾਪ ਆਪਾਂ ਜਿਹੜਾ ਡਿਸਕਸ ਕਰਾਂਗੇ ਉਹਦਾ ਨਾਂ ਹੈਗਾ ਜੀ ਬੋਲ ਮਿੱਟੀ ਦੇ ਆ ਬਾਵ ਆ ਬੋਲ ਮਿੱਟੀ ਦੇ ਆ ਬਾਵ ਆ ਅੱਛਾ ਬੋਲ ਮਿੱਟੀ ਦੇ ਬਾਵੇ ਆ ਦੇ ਅੰਦਰ ਜਿਹੜੇ ਕਿਰਦਾਰ ਆ ਇਹਨਾਂ ਨੂੰ ਤੁਸੀਂ ਬੜੇ ਧਿਆਨ ਦੇ ਨਾਲ ਦੇਖਣਾ ਵਾ ਇਹਦੇ ਅੰਦਰ ਜਿਹੜਾ ਸਭਨਾ ਪਹਿਲੇ ਕਿਰਦਾਰ ਆ ਉਹ ਸੇਠ ਬਲੰਦ ਇਕਬਾਲ ਆ ਸੇਠ ਬਲੰਦ ਇਕਬਾਲ ਜਿਹੜਾ ਕਿ ਫੈਕਟਰੀ ਦਾ ਮਾਲਕ ਮਜ਼ਦੂਰਾਂ ਦਾ ਇਸਤੇਮਾਲ ਕਰਦਾ ਵਾ ਉਹਤਵਾ ਜਿਹੜੀ ਇਹਦੀ ਬੀਵੀ ਹੈਗੀ ਆ ਉਹਦਾ ਨਾਂ ਹੈਗਾ ਜੀ ਪੜੀ ਪਰੀ ਹੀ ਆ ਇੱਕ ਇਹਨੂੰ ਮੈਡਮ ਜੀ ਸਾਰੇ ਆਖਦੇ ਨੇ ਤੇ ਇਹ ਜਿਹੜੀ ਹੈਗੀ ਆ ਮਾਡਰਨ ਹੈਗੀ ਆ ਇਹਨਾਂ ਦਾ ਜਿਹੜਾ ਬੇਟਾ ਹੈਗਾ ਵਾ ਬੇਟੇ ਦਾ ਨਾਂ ਰੂਫੀ ਹੈਗਾ ਵਾ ਰੂਫੀ ਜਿਹੜਾ ਵਾ ਨੇਕ ਦੇਲ ਰਾਮ ਦੇਲ ਹੈਗਾ ਵਾ ਚੌਥਾ ਜਿਹੜਾ ਕਿਰਦਾਰ ਹੈਗਾ ਵਾ ਇਹਨਾਂ ਦੀ ਜਿਹੜੀ ਨੌਕਰਾਨੀ ਹੈਗੀ ਆ 나ਜੀ ਇਹਨਾਂ ਹੀ ਨੌਕਰਾਨੀ ਜਿਹੜੀ ਹੈਗੀ ਨਾਜੀ ਯਾਨੀ ਤੁਸੀਂ ਚਾਰੋਂ ਕਿਰਦਾਰ ਯਾਦ ਰੱਖਣੇ ਆ ਤੇ ਚਾਰੋਂ ਕਿਰਦਾਰ ਦੇ ਨਾਲ ਇਹਨਾਂ ਦੇ ਕਿਰਦਾਰ ਦੇ ਨਾਲ ਜਿਹੜਾ ਇਹਨਾਂ ਦਾ ਖਲਾਕ ਹੋ ਗਈ ਯਾਦ ਰੱਖਣਾ ਹੁਣ ਜਿਹੜਾ ਰੂਫੀ ਆ ਰੂਫੀ ਇਹਦੇ ਵਿੱਚ ਕੀ ਕਰਦਾ ਵਾ ਆਪਣੇ ਮਾਂ ਤੇ ਪਿਓ ਨੂੰ ਸਮਝਾਂਦਾ ਵਾ ਕਿ ਤੁਸੀਂ ਮਟੀਰੀਅਲਿਸਟਾਂ ਮੈਂ ਆਈਡੀਆਲਿਸਟਾਂ ਮੈਂ ਆਪਣੇ ਦਾਦੇ ਦੇ ਮੁਤਾਬਕ ਚੱਲਾਂਗਾ ਮੈਂ ਤੁਹਾਡੇ ਮੁਤਾਬਕ ਜ਼ਿੰਦਗੀ ਨਹੀਂ گزارਾਂਗਾ ਨਾ ਮੈਂ ਮਜ਼ਦੂਰਾ ਦਾ ਇਸਤਿਹਾਲ ਕਰਾਂਗਾ ਤੇ ਨਾ ਆਪਣੀ ਜਿਹੜੀ ਉਹਦੀ ਮਾਂ ਹੈਗੀ ਉਹਨੂੰ ਸਮਝਾਂਦਾ ਵਾ ਕਿ ਤੂੰ ਨਾਜੀ ਦਾ ਜਿਹੜਾ ਬਾਵਾ ਹੈਗਾ ਵਾ ਜਿਹੜਾ ਕਿ ਬੋਲਦਾ ਨਹੀਂ ਲੇਕਿਨ ਉਹਨੇ ਆਪਣਾ ਸਾਰਾ ਜਹਾਨ ਉਸ ਬਾਵੇ ਦੇ ਅੰਦਰ ਵਸਾਇਆ ਆਇਆ ਵਾ ਤੇ ਤੂੰ ਉਹਦਾ ਮਜ਼ਾਕ ਨਾ ਉਡਾਇਆ ਕਰ ਤੇ ਉਹਦਾ ਇਸਤਿਹਾਲ ਨਾ ਕਰਿਆ ਕਰ ਯਾਨੀ ਰੂਫੀ ਆਪਣੇ ਮਾਂ ਪਿਓ ਨੂੰ ਸਮਝਾਂਦਾ ਵਾ ਪਿਓ ਨੂੰ ਕਹਿੰਦਾ ਤੂੰ ਮਜ਼ਦੂਰਾ ਦਾ ਇਸਤਿਹਾਲ ਨਾ ਕਰ ਤੇ ਮਾਂ ਜਿਹੜਾ ਮ ਉਂਦੀ ਹੈਗੀ ਜਿਹੜਾ ਉਹਨੇ ਆਪਣੀ ਨفسیات ਨੂੰ ਸੈੱਟ ਕਰ ਲਿਆ ਆ ਉਹਦਾ ਮਜ਼ਾਕ ਨਾ ਉਡਾਇਆ ਕਰ ਉਹ ਦਾ 바ਵਾ ਬੋਲਦਾ ਜਾਂ ਨਹੀਂ ਬੋਲਦਾ ਲੇਕਿਨ ਉਹਨੂੰ ਇਹ ਲੱਗਦਾ ਕਿ ਮੇਰਾ 바ਵਾ ਬੋਲਦਾ ਹੈਗਾ ਵਾ ਜਿਹੜਾ ਮਿੱਟੀ ਦਾ ਵਾ ਇਹਦੇ ਅੰਦਰ ਵੀ ਤੁਸੀਂ ਪੁਆਇੰਟ ਕੱਢ ਸਕਦੇ ਆ ਯਾਨੀ ਮਾਸ਼ਰਤੀ ਹਾਲਾਤ ਦੀ ਅਕਾਸੀ ਕੱਢ ਸਕਦੇ ਆ ਤੁਸੀਂ ਇਹਦੇ ਅੰਦਰ ਪਲਾਟ ਕੱਢ ਸਕਦੇ ਕਿ ਕਿੱਦਾਂ ਉਹਨੇ ਇਹ ਸਾਰੇ ਰਾਮੇ ਨੂੰ ਕਵਰ ਕੀਤਾ ਕਿਰਦਾਰ ਨਗਾਰੀ ਆ ਮੰਜਰ ਨਗਾਰੀ ਆ ਹਕੀਕਤ ਨਗਾਰੀ ਨੂੰ ਵੀ ਤੁਸੀਂ ਡਿਸਕਸ ਕਰ ਸਕਦੇ ਆ ਜਾਂ ਕਿੱਦਾਂ ਉਹਨੇ ਦਰਮਿਆਨੇ ਤਵਕੀਦੀ ਨਮਾਇੰਗੀ ਕੀਤੀ ਆ ਇਹਨੂੰ ਵੀ ਤੁਸੀਂ ਡਿਸਕਸ ਕਰ ਸਕਦੇ ਹੋ ਜਜ਼ਬਾਤ ਨਗਾਰੀ ਨੂੰ ਵੀ ਮੁਕਾਲਮਾ ਨਗਾਰੀ ਨੂੰ ਵੀ ਜਾਂ ਜ਼ਬਾਨੋਂ ਬਿਆਨ ਨੂੰ ਵੀ ਇਹਦੇ ਅੰਦਰ ਡਿਸਕਸ ਕਰ ਸਕਦੇ ਇਹ ਸਾਰੀਆਂ ਹੈਡਿੰਗਾਂ ਦੇ ਅੰ ਕੋਟ ਕਰ ਸਕਦੇ ਆ ਨੰਬਰ 3 ਤੇ ਹੁਣ ਆਪਾਂ ਜਿਹੜਾ ਡਿਸਕਸ ਕਰਾਂਗੇ ਡਰਾਮਾ ਉਹ ਉਹਦਾ ਨਾਂ ਕੀ ਆ ਜੀ ਉਹਦਾ ਨਾਂ ਹੈਗਾ ਜੀ ਪਿੰਜਰਾ 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 ਪਿੰਜਰੇ ਡਰਾਮੇ ਦੇ ਅੰਦਰ ਜਿਹੜਾ ਕਿਰਦਾਰ ਹੈਗਾ ਵਾ ਉਹ ਰਾ ਆਦ ਖਾਨ ਰਾ ਆਦ ਖਾਨ ਰਾਦ ਖਾਨ ਕੀ ਕਰਦਾ ਜੀ ਇੱਕ ਜ਼ਾਲਮ ਤੇ ਜਗੀਰਦਾਰ ਹੈਗਾ ਵਾ ਜਿਹੜਾ ਜ਼ੁਲਮ ਦੀ ਤਸਵੀਰ ਆ ਤਾਕਤ ਦੇ ਨਸ਼ੇ ਵਿੱਚ ਚੂਰ ਆ ਤੇ ਉਤਬਾਦ ਇਹ ਕਰਦਾ ਕੀ ਹੈ ਜਿਹੜਾ ਉੱਥੇ ਦਾ ਨਵਾਬ ਸਾਹਿਬ ਆ ਉਹਦੇ ਖਿਲਾਫ ਇਹਨ ਕਰ ਦਿੱਤੀ ਹੈ ਬਗਾਵਤ ਨਵਾਬ ਸਾਹਿਬ ਨੇ ਚੋਕੇ ਪਿੰਜਰੇ ਦੇ ਅੰਦਰ ਪਾਤਾ ਹੋਇਆ ਤੇ ਪਿੰਜਰੇ ਦਾ ਜਿਹੜਾ ਪਹਿਰਾਦਾਰ ਆ ਸੰਤਰੀ ਸੰਤਰੀਓ ਲੋਕਾਂ ਨੂੰ ਜ਼ੁਇਦੇ ਤੇ ਇਹਨੂੰ ਮਾਰਨ ਤੋਂ ਰੋਕਦਾ ਵਾ ਇਹਨੂੰ ਮਾਰਨ ਤੋਂ ਕਿਉਂ ਰੋਕਦਾ ਵਾ ਕਹਿੰਦਾ ਜੀ ਜੇ ਤੁਸੀਂ ਅਗਰ ਖੁਦ ਬਹਾਦਰ ਹੁੰਦੇ ਤਾਕਤਵਰ ਹੁੰਦੇ ਤੇ ਇਹਨੂੰ ਇਹ ਜ਼ਰੂਰਤ ਨਹੀਂ ਹੋਣੀ ਸੀ ਇਹ ਤੁਹਾਡੇ ਤੇ ਜ਼ੁਲਮ ਕਰ ਸਕਦਾ ਇਹ ਜਨਾ ਰਾਦਖਾਨ ਸੀਗਾ ਇਹ ਕੀ ਕਰਦਾ ਸੀਗਾ ਇਹ ਲੋਕਾਂ ਨੂੰ ਸੋ ਉਹਦੇ ਸੋਨਿਆਂ ਦੀ ਟੁੰਬਾ ਦੇ ਬਦਲੇ ਪੈਸੇ ਦਿੰਦਾ ਸੀ ਤੇ ਪੈਸੇ ਚੋਰੀ ਕਰਵਾ ਲੈਂਦਾ ਸੀਗਾ। ਉਹ ਤੋਂ ਬਾਅਦ ਇਹਨੂੰ ਜਿਹੜੇ ਰਾਈ ਬਰਾਦਰੀ ਆ ਉਹ ਚੋਕ ਕੇ ਲੈ ਜਾਂਦੀ ਆ। ਰਾਈ ਬਰਾਦਰੀ ਚੋਕ ਕੇ ਲੈ ਜਾਂਦੀ ਕਹਿੰਦੀ ਇਹ ਕਿ ਤੂੰ ਸਾਡੇ ਤੇ ਜ਼ੁਲਮ ਕੀਤਾ ਵਾ। ਲਿਆਦਾ ਤੂੰ ਸਾਡਾ ਮੁੰਜਰਾ ਮਾ ਸਾਡੀ ਜਿਹੜੀ ਹੈਗੀਆਂ ਪਾਬੰਦੀ ਦੇ ਅੰਦਰ ਹੀ ਮਰੇਗਾ। ਉਹ ਤਵਾਰ ਨੰਬਰ 4 ਤੇ ਜਿਹੜਾ ਆਪਾਂ ਡਿਸਕਸ ਕਰਾਂਗੇ ਉਹਦਾ ਨਾਂ ਹੈਗਾ ਜੀ ਕੂਗੂ ਕੋਰੇ। ਕੂਗੂ ਕੋਰੇ। ਚੌਥਾ ਜਿਹੜਾ ਡਰਾਮਾ ਹੈਗਾ। ਕੂਗੂ ਕੋੜੇ ਇਹਨਾਂ ਦੀ ਵੀ ਜਿਹੜੀ ਹੈਡਿੰਗਾਂ ਸਭ ਹੈਡਿੰਗਾਂ ਬਣਾਓਗੇ ਜਿੱਦਾਂ ਮੈਂ ਤੁਹਾਨੂੰ ਉੱਤੇ ਡਿਸਕਸ ਕੀਤਾ ਹੋ ਕਿ ਮੰਦਰ ਨਗਾਰੀ ਕਿਰਦਾਰ ਨਗਾਰੀ ਮਾਸਰੇ ਦੇ ਹਾਲਾਤ ਦੀ ਕਾਸੀ ਤੇ ਉਸ ਤੋਂ ਬਾਅਦ ਪਲਾਟ ਠੀਕ ਹੈ ਇਹਨ ਇਹਨੂੰ ਤੁਸੀਂ ਡਿਸਕਸ ਕਰ ਸਕਦੇ ਯਾਨੀ ਜ਼ਾਲਮ ਦਾ ਅੰਜਾਮ ਤੁਸੀਂ ਇਹ ਸਾਰੀਆਂ ਹੈਡਿੰਗਾਂ ਦੇ ਅੰਦਰ ਇਹਦਾ ਇੱਕ ਡਰਾਮੇਨ ਕੋਟ ਕਰ ਲਓਗੇ ਤਾਂ ਤੁਹਾਡਾ ਇਹ ਕਲੀਅਰ ਹੋ ਜਾਏਗਾ ਹਰ ਹਾਲ ਦੇ ਨਾਲ ਹੁਣ ਆ ਗਿਆ ਲੋ ਦੀ ਕੂਗੂ ਕੋੜੇ ਦੇ ਅੰਦਰ ਜਿਹੜੇ ਮੇਨ ਕਿਰਦਾਰ ਆ ਉਹ ਕਿਹੜੇ-ਕਿਹੜੇ ਆ ਸਭ ਨਾਲ ਪਹਿਲੇ ਇੱਕ ਕਿਰਦਾਰ ਆ ਜੀ ਸਸਰਸ ਸਸਰਾ ਸਸਰਾਸ ਦਾ ਹੋਣੇ ਦਾ ਕਿਰਦਾਰ ਕੀ ਆ ਜੀ ਇਹ ਸੋਨਾ ਬਣਾਉਂਦਾ ਤੇ ਹਰ ਵळे ਅਮੀਰ ਕਬੀਰ ਰੈਨ ਦੇ ਚੱਕਰ 'ਚ ਹੀ ਰਹਿੰਦਾ ਵਾ ਤੇ ਹੈ ਵੀ ਅਮੀਰ ਕਬੀਰ ਆ ਉਤ ਬਾਦ ਇਹਦੀ بیوی ਜਿਹੜੀ ਆ ਉਹ ਲੱਖੀ ਆ ਲੱਖੀ ਜਿਹੜੀ ਸਸਰੇ ਦੀ بیوی ਆ ਇਹ ਵੀ ਦੁਨੀਆ ਦੀ ਲੰਗੀ ਨਹੀਂ ਆ ਤੇ ਇਹ ਅੰਦਰ ਗੋਮਾ ਇਹਦੀ ਜਿਹੜੀ ਨਜ਼ਰ ਆਪਣੇ ਜ਼ਰ ਖਰੀਦ ਗੁਲਾਮ ਦੇ ਉੱਤੇ ਹੈਗੀ ਆ ਉਹ ਇਹ ਉਹਦੇ ਉੱਤੇ ਡੋਰੇ ਪਾਉਂਦਾ ਵਾ ਅੱਛਾ ਇਹਨਾਂ ਦੋਨਾਂ ਦਾ ਜਿਹੜਾ ਪੁੱਤਰ ਹੈਗਾ ਉਹਦਾ ਨਾਂ ਹੈਗਾ ਜੀ ਲਾੜਾ ਲਾਣਾ ਇਹਨਾਂ ਦਾ ਜਿਹੜਾ ਪੁੱਤਰ ਹੈਗਾ ਵਾ ਜਿਹੜਾ ਕਿ ਥੋੜਾ ਜਿਹੀ ਮਰੀਦ ਹੈਗਾ ਵਾ ਅੱਛਾ ਹੁਣ ਸਸਰਾ ਜਿਹੜਾ ਵਾ ਸਸਰਾ ਜਾ ਕੇ ਇੱਕ ਗੁਲਾਮ ਨੂੰ ਖਰੀਦ ਕੇ ਲਿਆਂਦਾ ਉਹ ਗੁਲਾਮ ਦਾ ਨਾਮ ਹੈਗਾ ਜੀ ਸਚਿਆਰ ਸਸਰਾ ਜਾ ਕੇ ਸਚਿਆਰ ਗੁਲਾਮ ਨੂੰ ਖਰੀਦ ਕੇ ਲਿਆਂਦਾ ਵਾ 4000 ਸੋਨੇ ਦੀਆਂ ਟੁੰਬਾ ਤੇ ਤੇ ਜਿਹੜਾ ਹੈਗਾ ਲਾਣਾ ਇਹਦਾ ਮੁੰਡਾ ਹੈਗਾ ਉਹ ਇੱਕ ਕੁੜੀ ਨੂੰ ਖਰੀਦ ਕੇ ਲਿਆਂਦਾ ਵਾ ਗੁਲਾਮੀ ਨੂੰ ਖਰੀਦ ਕੇ ਲਿਆਂਦਾ ਉਹਦਾ ਨਾਮ ਹੈਗਾ ਜੀ ਸਲਖਨੀ ਸਲਖਨੀ ਅੱਛਾ ਹੁਣ ਲਾਰਾ ਜਿਹੜਾ ਇਹਦਾ ਮੁੰਡਾ ਹੈਗਾ ਇਸਲਖਨੀ ਨੂੰ ਕਹਿੰਦਾ ਵਾ ਕਿ ਤੂੰ ਮੇਰੇ ਚਿੱਲਚਸਤੀ ਲੈ ਤੇ ਆਪਾਂ ਦੋਨੇ ਵਿਆਹ ਕਰਾ ਲਾਂਗੇ ਸਲਖਲੀਆਂ ਇਹਦੇ ਤੋਂ ਬਚਣ ਲਈ ਇਹਦੀ ਹਵਾ ਤੋਂ ਬਚਣ ਲਈ ਸਚਿਆਰ ਨੂੰ ਆਖਦੀ ਹੈ ਸਚਿਆਰ ਕਹਿੰਦਾ ਮੈਂ ਤੈਨੂੰ ਇੱਕ ਤਰੀਕਾ ਦੱਸਦਾ ਜਿਹਦੀ ਵਜ੍ਹਾ ਤੋਂ ਇਹ ਤੈਨੂੰ ਕਦੀ ਨਹੀਂ ਛੇੜੇਗਾ ਸਚਿਆਰ ਇਹਨੂੰ ਕੋਈ ਤਰੀਕਾ ਦੱਸਦਾ ਜਿਹਦੀ ਵਜ੍ਹਾ ਤੋਂ ਸਲਖਨੀ ਉਹਨੂੰ ਚੀਤੇ ਰਗੀ ਲੱਗਣ ਲੱਗ ਜਾਂਦੀ ਕਿਉਂਕਿ ਲਾਰਾ ਪਹਿਲੇ ਹੀ ਜੈਨੀ ਮਰੀਜ਼ ਹੁੰਦਾ ਵਾ ਇਸੇ ਤੋਂ ਬਾਅਦ ਇਹਦੀ ਹਵਾ ਤੋਂ ਮਰ ਜਾਂਦੀ ਆ ਉਸ ਤੋਂ ਬਾਅਦ ਸਲਾਕ੍ਰੀ ਸਤੀਆਰ ਨੂੰ ਆਖਦੀ ਏ ਗੁਲਾਮ ਨੂੰ ਆਖਦੀ ਏ ਕਿ ਤੂੰ ਕੁੱਗੂ ਕਾਤੋਂ ਬਨਿਆ ਆਇਆ ਵਾ ਇਹ ਰਾਜਾ ਜੀ ਕੋੜੇ ਉਹ ਆ ਜਿਹੜੇ ਦੁਨੀਆ ਦੀ ਰੇਸ ਚ ਅੱਗੇ ਲੰਘੇ ਉਹਨਾਂ ਨੂੰ ਕੋੜੇ ਕਹਿੰਦੇ ਆ ਜਿਹੜੇ ਦੁਨੀਆ ਦੀ ਰੇਸ ਚ ਪਿੱਛੇ ਰਹਿ ਜਾਂਦੇ ਉਹਨਾਂ ਨੂੰ ਕੁੱਗੂ ਕਹਿੰਦੇ ਲਿਆਦਾ ਅਸੀਂ ਦੁਨੀਆ ਦੀ ਰੇਸ ਚ ਪਿੱਛੇ ਆ ਤਦ ਕੁੱਗੂ ਆ ਇਹ ਦੋਨੇ ਜਿਹੜੇ ਗੁਲਾਮ ਆ ਜਿਹੜੇ ਆਪਣੇ ਮਾਲਕ ਆ ਇਹਨਾਂ ਨੂੰ ਕੈਦ ਕਰ ਲੈਣੇ ਇਸ ਤਰ੍ਹਾਂ ਸਟੋਰੀ ਮੁਕੰਮਲ ਇਖਤਤਾਮ ਤੇ ਆ ਜਾਂਦੀ ਆ ਇਹਦੇ ਅੰਦਰ ਵੀ ਤੁਸੀਂ ਜਿਹੜੀਆਂ ਹੈਡਿੰਗਾਂ ਬਣਾ ਸਕਦੇ ਹੋ ਇੱਕ ਤੇ نفسیاتی ਉਲਝਣਾ ਜਿਹੜੀਆਂ ਹੁੰਦੀ ਆ ਵਾ ਉਹ ਸਾਰੀ زندگی ਨਹੀਂ ਬੰਦੇ ਗੁਲਾਮ ਯਾਨੀ ਅਗਰ ਕੋਸ਼ਿਸ਼ ਕਰਨ ਤਰੱਕੀ ਕਰਨ ਤਾਂ ਕਿ ਵਾਦ ਸਕਦੇ ਆ ਤੇ ਔਰਤਾ ਦੀ ਜਿਹੜੀ ਬੇਹੁਮਤੀ ਕੀਤੀ ਦਾ ਆ ਰਹੀ ਆ ਉਹ ਡਿਸਕਸ ਕੀਤਾ ਆਇਆ ਵਾ ਤੇ ਇਹਨਾਂ ਨੇ ਜਿਹੜਾ ਇਹਦੇ ਅੰਦਰ ਹਕੀਕਤ ਨਗਾਰੀ ਨੂੰ ਹੀ ਡਿਸਕਸ ਕੀਤਾ ਤੇ ਸਚਿਆਰ ਸ ਸਲਖਨੀ ਦਾ ਜਿਹੜਾ ਮੁਕਾਲਮਾ ਹੈਗਾ ਉਹਨੂੰ ਹੀ ਡਿਸਕਸ ਕੀਤਾ ਵਾ ਜਾਂ ਜਿਹੜਾ ਮੀਰ ਕਬੀਰ ਆ ਉਹ ਕਿਦਾਂ ਲੋਕਾਂ ਦੇ ਜ਼ੁਲਮ ਕਰਦੇ ਆ ਇਸ ਪੁਆਇੰਟ ਨੂੰ ਹੀ ਡਿਸਕਸ ਕੀਤਾ ਆ ਮੈਂ ਤੁਹਾਨੂੰ ਕਹਿਣਾ ਤੁਸੀਂ ਚਾਰ ਡਰਾਮੇ ਡਿਸਕਸ ਕਰ ਲਓ ਲੇਕਿਨ ਪੰਜਵੇਂ ਦੀ ਤਾਂ ਮੈਂ ਇਹ ਦੱਸ ਦਿੰਦਾ ਵਾਂ ਪੰਜਵਾਂ ਜਿਹੜਾ ਹੈਗਾ ਵਾ ਇਹਦਾ ਜਿਹੜਾ ਹੈਗਾ ਇਹਦਾ ਨਾਂ ਹੈਗਾ ਜਿਨਾਂ ਤੇ ਨਾਨ ਨਿੰਦਰ ਓਲੇ ਇਦੇ ਅੰਦਰ ਜਿਹੜੀ ਇੱਕ ਅੰਗਰੇਜ਼ੀ ਗੀਤ ਹੈਗਾ ਵਾ ਤੇ ਉਤ ਬਾਅਦ ਇਹਦੇ ਅੰਦਰ ਇੱਕ ਅੰਗਰੇਜ਼ੀ ਗੀਤ ਸ਼ਾਮਲਾ ਚ ਬਾਬੇ ਫਰੀਦ ਦੀ ਜਿਹੜੀ ਹੈਗੀ ਆ ਉਹ ਸ਼ਾਮਲ ਹੈਗੀ ਆ ਇੱਕ ਕਾਫੀ ਇਹਦੇ ਅੰਦਰ ਕੀ ਹੈ ਇਹਦੇ ਅੰਦਰ ਜਿਹੜੇ ਕਿਰਦਾਰ ਹੈਗੇ ਨਾ ਉਹ ਰੋਸ਼ਨ ਤੇ ਰਿਆਜ਼ ਰੋਸ਼ਨ ਤੇ ਰਿਆਜ਼ ਨਾਲ ਇਹਨਾਂ ਦੀ ਕੋਈ ਆਪਸ ਵਿੱਚ ਸ਼ਾਦੀ ਹੋ ਪਾਂਦੀ ਆ ਤੇ ਨਾ ਇਹਦੇ ਅੰਦਰ ਇੱਕ ਹੋਰ ਕਿਰਦਾਰ ਹੈਗਾ ਵਾ ਮੰਨੋ ਜੀ ਮੰਨੋ ਜੀ ਜਾਂ ਆਸ਼ੀ ਜਿਹੜਾ ਹੈਗਾ ਵਾ ਨਾ ਮੰਨੋ ਜੀ ਦੀ ਇੱਚ ਸਿਹਤ ਸਹੀ ਹੋ ਰਹੀ ਆ ਨਾ ਰੂਬੀ ਦੀ ਗਲਤ ਸੈਮੀ ਦੂਰ ਹੋ ਰਹੀ ਆ ਠੀਕ ਹੈ ਮਨੋਜੀ ਨੂੰ ਰੂਬੀ ਅੱਛੀ ਲੱਗਦੀ ਹੋਵੇਗੀ ਜਾਂ ਰੂਬੀ ਨੂੰ ਮਨੋਜੀ ਅچھے ਲੱਗਦੇ ਹੋਣਗੇ ਹਾਏ ਮਤਲਬ ਨਫਸੀਆਤੀ ਉਲਜਨਾਵਾਂ ਤੇ ਮੁਸਤਮਲ ਜਿਹੜਾ ਪੰਜਵਾ ਹੈਗਾ 드라마 ਇਹਨੂੰ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਪਹਿਲੇ ਚਾਰ 드라마 ਨੂੰ ਆਪਣੀਆਂ ਮੁਖਤਲਿ ਸੱਤ ਅੱਠ ਹੈਡਿੰਗਾਂ ਜਿਹੜੀਆਂ ਮੈਂ ਤੁਹਾਨੂੰ ਦੱਸ ਚੁੱਕਿਆ ਆਇਆ ਵਾ ਉਹਦੇ ਜੀ ਤੁਸੀਂ ਡਿਸਕਸ ਕਰ ਸਕਦੇ ਹੋ ਇਹ ਮੈਂ ਤੁਹਾਨੂੰ ਦੁਬਾਰਾ ਦੱਸ ਦਿੰਦਾ ਵਾ ਜਿਹੜੀਆਂ ਹੈਡਿੰਗਾਂ ਤੁਸੀਂ ਬਣਾਓਗੇ ਨੰਬਰ 1 ਜਿਹੜੀ ਬਣਾਓਗੇ ਅਲਾਮਤ ਨਗਾਰੀ ਅਲਾਮਤ ਦੇ ਰਾਈ ਮੁਖਤਲਿ ਗੱਲਾਂ ਕੀਤੀਆਂ ਜਾਂ ਜਾਂ ਇਹਦੇ ਚ ਰੋਮਾਂਨਵੀਂ ਲੰਗ ਜਾਂ ਹਕੀਕਤ ਨਗਾਰੀ ਹੈਗੀ ਮੰਦਰ ਨਗਾਰੀ ਕਿਰਦਾਰ ਨਗਾਰੀ ਮੁਕਾਲਮਾ ਨਗਾਰੀ ਪਲਾਟ ਹੈਗਾ ਜਜ਼ਬਾਤ ਨਗਾਰੀ ਹੈ ਗੈਰ ਜ਼ਰੂਰੀ ਤਵਾਲਤ ਤੋਂ ਪਰਹੇਜ਼ ਆ ਜਾਂ ਨਾਮ ਜਾਂ ਜਿਹੜਾ ਸਰਮਾਇਆ ਦਰਾਨਾ ਨਾਮ ਆ ਉਹਦੀ ਕਬਾਹਤਾ ਬਿਆਨ ਕੀਤੀ ਆ ਨਸੀਆਤੀ ਮਸਾਇਲ ਦੀ ਉਲਝਨਾ ਮਾਸ਼ਰੇ ਦੇ ਤਵਕੀਰੀ ਜਿਹੜੀ ਕਾਸੀ ਕੀਤੀ ਆ ਦਰਮਿਆਨ ਨੇ ਤਵਕੀਰੀ ਕਾਸੀ ਕੀਤੀ ਹੋਈ ਆ ਤੇ ਉਹ ਤਬਾਦ ਜਾਂ ਔਰਤਾਂ ਦੀ ਬੇਇੱਜ਼ਤੀ ਕੀਤੀ ਆ ਇੰਦਾ ਦੀ ਸਾਰੀਆਂ ਹੈਡਿੰਗਾਂ ਦੇ ਅੰਦਰ ਤੁਸੀਂ ਇਹ ਸਾਰੇ ਪੁਆਇੰਂਟ ਡਿਸਕਸ ਕਰ ਸਕਦੇ ਹੋ ਲਿਆਦਾ ਮੈਂ ਹੁਣ ਤੁਹਾਡੇ ਕੋਲ ਜ਼ਿਆਦਾ ਚਰਨਾ ਵਾ ਅੱਲਾ ਹਫਿਜ਼ ਅਗਰ ਤੁਹਾਨੂੰ CSS ਤੇ PMS ਦੇ ਪੰਜਾਬੀ ਦੇ ਲੈਕਚਰ ਚਾਹੀਦੇ ਆ ਸਕੂਲਰ ਅਕੈਡਮੀ ਨੂੰ ਤੁਸੀਂ ਵਿਜ਼ਿਟ ਕਰਕੇ ਲੈ ਸਕਦੇ ਆ ਬਰਾੜ ਹੈ ਮੈਨੂੰ ਤੁਸੀਂ ਇਜਾਜ਼ਤ ਦਿਓ अगर आप किसी भी मुकाबला जाति इम्तिहास एस पी एम एस पी पी एस के लिए परेशान है तो परेशानी छोड़ गए और स्कॉलर अकेडमी को सब्सक्राइब कीजिए और मुस्तकबिल को बेहतर बनाइए